ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵਿਜ਼ਨ ਬੜਾ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਹਰੇਕ ਤਰ੍ਹਾਂ ਦੀ ਇੰਡਸਟਰੀ ਔਰ ਟ੍ਰੇਡ ਮਜ਼ਬੂਤ ਹੋਣਾ ਚਾਹੀਦਾ ਤਾਂ ਕਿ ਇੰਪਲਾਇਮੈਂਟ ਵੱਧ ਤੋਂ ਵੱਧ ਉਹਦੇ ਲਈ ਸਟੇਟ ਬੈਂਕ ਵੀ ਸਾਡਾ ਲਗਾਤਾਰ ਐਫਰਟਸ ਕਰਦਾ ਰਹਿੰਦਾ ਜੀ ਕੀ ਜਿਵੇਂ ਹੁਣ ਨਗਰ ਨਿਗਮਾਂ ਦੇ ਇਲੈਕਸ਼ਨ ਆਉਣਾ ਤੁਸੀਂ ਕੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਅੱਜ ਤਿੰਨ ਮੰਤਰੀ ਲੁਧਿਆਣੇ ਦੇ ਵਿੱਚ ਨੇ ਕੋਈ ਵੱਡੀ ਪਲੈਨਿੰਗ ਦਾ ਵੀ ਨਹੀਂ ਦੇਖੋ ਮੰਤਰੀ ਜਿਹੜੇ ਹੈ ਜਿੱਦਾਂ ਹੁਣ ਸਟੇਟ ਬੈਂਕ ਦਾ ਫੰਕਸ਼ਨ ਹੈ ਨਗਰ ਨਿਗਮਾਂ ਦੇ ਸੰਬੰਧ ਨਾਲ ਇਹਦਾ ਕੋਈ ਤਾਲੁਕਾਤ ਨਹੀਂ ਹੈ ਅਸੀਂ ਲੋਕਾਂ ਦੇ ਵਿੱਚ ਜਗ੍ਹਾ ਜਗ੍ਹਾ ਜਾ ਰਹੇ ਹਾਂ ਅੱਜ ਸਾਡੇ ਲੋਕਲ ਬਾਡੀ ਮੰਤਰੀ ਜੀ ਮੇਰੇ ਨਾਲ ਹੁਸ਼ਿਆਰਪੁਰ ਸੀਗੇ ਔਰ ਹੁਸ਼ਿਆਰਪੁਰ ਕਾਰਪੋਰੇਸ਼ਨ ਦਾ ਵਿਜ਼ਿਟ ਕਰਕੇ ਆਏ ਹੈ ਉੱਥੇ ਸਾਡੇ 5 ਟਿਊਬਲ ਰਿਕੁਆਇਰਡ ਸੀਗੇ ਉਹਨਾਂ ਦਾ ਉਦਘਾਟਨ ਇੱਕ ਦਾ ਕਰਕੇ ਸਿੰਬੋਲਿਕ ਬਾਕੀਆਂ ਦਾ ਵੀ ਕਰਕੇ ਆਏ ਆ ਨਾਲ ਮੇਰੇ ਜਾ ਕੇ ਔਰ ਕਿਉਂਕਿ ਨਗਰ ਨਿਗਮ ਦੇ ਵਿੱਚ ਬੜੀਆ ਉੱਥੇ ਦਾ ਇਲੈਕਸ਼ਨ ਨਹੀਂ ਹੈ ਨਾ ਜੀ ਇੱਥੇ ਦਾ ਇਲੈਕਸ਼ਨ ਹੈ ਉੱਥੇ ਤਾਂ ਹਲ ਤੱਕ 4 ਸਾਲ ਬਾਅਦ ਇਲੈਕਸ਼ਨ ਹੈ ਜਾ ਕੇ ਬਟ ਸਾਡਾ ਵਿਜ਼ਨ ਹੈ ਲੋਕਾਂ ਲਈ ਕੰਮ ਕਰਨਾ ਇਲੈਕਸ਼ਨ ਇੱਕ ਉਹਦਾ ਪਾਰਟ ਹੋ ਸਕਦਾ ਆਉਣ ਵਾਲੇ ਟਾਈਮ ਰੇਟ ਪੈ ਰਹੀ ਆ ਈ ਡੀ ਦੀ ਰੇਟ ਪਈ ਆ ਜਿਵੇਂ ਬਰੋਂ ਰਿਜ਼ਿਊਮ ਨੇ ਜਿਹੜੇ ਐਕਸਾਈਜ਼ ਦੇ ਹੋਣੇ ਦੇਖੋ ਸੈਂਟਰ ਸਰਕਾਰ ਕੋ ਇੱਕ ਮੇਰਾ ਖਿਆਲ ਬੇਲਾ ਏਜੰਡਾ ਹੈਗਾ ਉਹ ਈ ਡੀ ਦੀ ਰੇਟ ਹੈਗਾ ਉਹ ਕਰਦੇ ਆ ਕੋਈ ਗੱਲ ਨਹੀਂ ਈ ਡੀ ਦੀ ਰੇਟ ਦਾ ਉਹਨੂੰ ਡਰ ਹੈ ਜਿੱਥੇ ਕੋਈ ਬੰਡਲਬਾਜ਼ੀ ਆ ਔਰ ਆਮ ਆਦਮੀ ਪਾਰਟੀ ਦਾ ਕੋਈ ਵੀ ਸਾਡਾ ਵਲੰਟੀਅਰ ਤੋਂ ਲੈ ਕੇ ਸਾਡਾ ਮਿਨਿਸਟਰ ਤੱਕ ਕੋਈ ਵੀ ਨਹੀਂ ਇਸ ਗੱਲ ਦੀ ਪਰਵਾਹ ਕਰਦਾ ਕਿਉਂ ਸਾਰੇ ਨੀਟ ਐਂਡ ਕਲੀਨ ਜਿਹੜੇ ਬੰਦੇ ਕਿਉਂ ਪਰਵਾਹ ਕਰੇਗਾ ਪਰਾਲੀ ਕੋਲ ਪੈਨਸ਼ਨ ਦਾ ਆਪਕਾ ਪ੍ਰਸਤਾਵ ਖਾਰਿਜ ਕਰ ਦਿਆ ਹੈ ਪਰਾਲੀ ਕੋਲ ਪੰਜਾਬ ਦਾ ਪ੍ਰਸਤਾਵ ਕਹਿੰਦੇ ਨੇ ਖਾਰਿਜ ਕਰ ਦਿਆ ਹੈ ਇਹ ਕਾਹਦਾ ਜੀ ਪਰਾਲੀ ਪ੍ਰਬੰਧਨ ਲੈ ਕੇ ਪਰਾਲੀ ਪ੍ਰਬੰਧਨ ਨੂੰ ਲੈ ਕੇ ਕਿਹਨੇ ਕੀਤਾ ਸੈਂਟਰ ਨੇ ਸੈਂਟਰ ਨੇ ਹਾਂ ਸੈਂਟਰ ਨੇ ਗੱਲ ਨਹੀਂ ਸਮਝੇ ਉਹਨਾਂ ਨੇ ਸਾਡਾ ਅੱਛਾ ਕੰਮ ਰੋਕਣਾ ਹੋਰ ਕੁਝ ਨਹੀਂ ਕਰਨਾ ਵਨ ਪੈਨਸ਼ਨ ਲੈ ਕੇ ਜਿਹੜਾ ਵਨ ਪੈਨਸ਼ਨ ਹੈ ਮੈਨੂੰ ਦੱਸੋ ਇਹਦਾ ਸਾਰੇ ਸਵਾਗਤ ਹੋਇਆ ਇਹਦਾ ਦੇਖੋ ਇਹਦਾ ਵਿਧਾਨ ਸਭਾ 'ਚ ਹੋਇਆ ਇਹਦਾ ਵਿਧਾਨ ਸਭਾ ਸਾਰੇ ਨੇ ਉੱਠ ਕੇ ਸਵਾਗਤ ਕੀਤਾ ਔਰ ਜਿਹੜੇ 7-7 ਪੰਜ ਬਾਰ ਦੇ MLA ਸੀਗੇ ਉਹਨਾਂ ਨੂੰ ਵੀ ਮਜਬੂਰੀ ਨੂੰ ਸਵਾਗਤ ਕਰਨਾ ਪਿਆ ਮੈਂ ਤੁਹਾਨੂੰ ਇੱਕ ਗੱਲ ਕਹਿ ਸਕਦਾ ਪਬਲਿਕ ਦਾ ਪੈਸਾ 100 ਕਰੋੜ ਰੁਪਇਆ ਪਬਲਿਕ 'ਤੇ ਲੱਗਣ ਜਾ ਰਿਹਾ ਸਰ ਆਮ ਆਦਮੀ ਪਾਰਟੀ ਵਿਸ਼ਵਾਸ ਦੇ ਆਰੋਪ ਲੱਗੇ ਆ BJP ਲਗਾਤਾਰ ਆਪਕੋ ਕਹਿ ਰਹੀ ਹੈ CBI ਜਾਂਚ ਕੀ ਮੰਗ ਕੀ ਜਾ ਰਹੀ ਹੈ ਇਹ ਕਾਹਦਾ ਆਰੋਪ ਲੱਗਿਆ ਆਪਣੇ ਘਰ ਰਿਸ਼ਵਤ ਦੇਣ ਦਾ ਆਰੋਪ ਲੱਗੇ ਜੋ ਆਪਕੇ ਆਪਰੇਸ਼ਨ ਲੋਟਸ ਜਿਹੜਾ BJP ਪੂਰੇ ਹਿੰਦੁਸਤਾਨ 'ਚ ਕਰਦੀ ਪਈ ਹੈ ਕਿਹਨੂੰ ਨਹੀਂ ਪਤਾ ਇਸ ਗੱਲ ਦਾ CBI ਜਾਂਚ ਕਰਾਓ ਜੀ ਕੌਣ ਕਹਿੰਦੇ ਆ BJP ਵਾਲਿਆਂ ਜਿੱਥੇ ਤੁਸੀਂ ਪਹਿਲਾਂ ਸ਼ਾਮਲ ਕੀਤੇ ਆ ਉੱਥੇ CBI ਦੀ ਜਾਂਚ ਕਰਾਉਣ ਦਾ ਇਹ